ਸੀ ਪੈਨਲ ਅੰਗਰੇਜ਼ ਦੇ ਬਾਰੇ ਜਾਂ ਦੀ ਕਰੈਕਟਰਸ ਦੇ ਬਾਰੇ ਕੁਛ ਰਹਿ ਗਿਆ ਮੈਂ ਦੱਸ ਦਿੰਦਾ ਕਿ ਕਿਸ ਤਰ੍ਹਾਂ ਸ਼ੂਟ ਕਰਦੇ ਟਾਈਮ ਦਾ ਮਤਲਬ ਕਿੱਦਾਂ ਆ ਗਿਆ ਉਹ ਇਸ ਤਰ੍ਹਾਂ ਕਿ ਪ੍ਰੈਜੈਂਟ ਟਾਈਮ ਦੇ ਵਿੱਚ ਤੁਸੀਂ 45 ਦਾ ਪੀਰੀਅਡ ਲਗਾਉਣਾ ਉਹ ਥੋੜ੍ਹਾ ਮੁਸ਼ਕਿਲ ਹੈ ਅਤੇ ਕਾਫੀ ਸਾਡੀ ਟੀਮ ਸਟਰੋਂਗ ਹੋਣ ਕਰਕੇ ਅਸੀਂ ਚੀਜ਼ਾਂ ਨੂੰ ਪਾਰ ਕਰ ਸਕਦੇ ਅਤੇ ਤੁਸੀਂ ਦੇਖੋਗੇ ਕਿ ਤੁਹਾਨੂੰ ਲੱਗੇਗਾ ਕਿ ਅਸੀਂ ਰੀਅਲ ਟਾਈਮ 45 'ਚ ਪਹੁੰਚ ਗਏ ਫਿਲਮ ਦੇਖਦੇ ਹੋਏ ਤੁਸੀਂ ਤਾਂ ਤੁਸੀਂ ਇੰਜੋਏ ਕਰੋ ਜਿਸ ਤਰ੍ਹਾਂ ਸਿਮਰਜੀਤ ਦੋ 250 ਅਤੇ 300 ਦੇ ਕਰੀਬ ਵੀਡੀਓ ਕੀਤੇ ਵੀਡੀਓ ਤੋਂ ਬਾਅਦ ਪ੍ਰੋਜੈਕਟਾਂ ਅਤੇ ਪੰਜਾਬੀ ਸੁਣ ਆਇਆ ਸੀ ਨਹੀਂ ਮੈਂ ਜਿਹਦੇ ਸੀ ਉਹ ਮੇਰੀ ਨਹੀਂ ਉਹ ਸੈਡੀ ਕੂਲ ਮਤਲਬ ਉਹ ਚੱਕ ਲਿਆ ਬਾਸ ਤੇ ਉਹ ਹਾਂ ਉਹ ਫਿਲਮ ਤੇ ਇਸ ਫਿਲਮ ਨੂੰ ਕਿਸ ਤਰ੍ਹਾਂ ਅੰਦਰ ਕਿਸ ਤਰ੍ਹਾਂ ਦੇਖਦੇ ਦੇਖੋ ਫਿਲਮਾਂ ਡਿਫਰੈਂਟ ਡਿਫਰੈਂਟ ਹੁੰਦੀਆਂ ਕਨਸੈਪਟ ਡਿਫਰੈਂਟ ਡਿਫਰੈਂਟ ਕਰਦੇ ਹੁੰਦੇ ਆ ਹਮੇਸ਼ਾ ਇੱਕੋ ਜਿਹਾ ਸਬਜੈਕਟ ਹੀ ਕਰਦੇ ਸੀ ਤਾਂ ਸਾਡੇ ਵਾਸਤੇ ਹਰ ਸਬਜੈਕਟ ਹੀ ਚੈਲੰਜ ਹੁੰਦਾ ਉਹਦੇ ਵਿੱਚ ਕੀ ਹੈ ਕਿ ਕੋਈ ਪ੍ਰੈਜੈਂਟ ਹੋਵੇ ਪਾਸਟ ਹੋਵੇ ਜਾਂ ਫਿਊਚਰ ਦਾ ਹੋਵੇ ਸਾਰੀ ਜੋ ਮੇਕਿੰਗ ਹੈ ਸੇਮ ਰਹਿੰਦੀ ਹੈ ਥੋੜ੍ਹੀਆਂ ਖੜਨੇ ਖਾਸ ਕਰਕੇ ਅੱਜ ਅੱਜ ਦੇ ਯੂਥ ਨੂੰ ਜੋੜਨ ਖਾਤਰ ਕੋਈ ਕੋਈ ਖਾਸ ਵਿਸ਼ੇਸ਼ ਗੱਲ ਦਾ ਧਿਆਨ ਰੱਖਿਆ ਗਿਆ ਵਿਸ਼ੇਸ਼ ਗੱਲ ਤਾਂ ਇਹ ਹੈ ਕਿ ਰੋਮੈਂਸ ਉਹਦੇ ਵਿੱਚ ਵੀ ਹੈ ਉਹ ਨੋਟੀ ਐਂਡ ਥੋੜ੍ਹਾ ਜਿਹਾ ਦਰਦਾ ਰੋਮੈਂਸ ਹੈ ਅੱਜ ਕੱਲ੍ਹ ਵੀ ਜਿਵੇਂ ਅਮਰਿੰਦਰ ਨੇ ਕਿਹਾ ਕਿ ਉਸ ਤਰ੍ਹਾਂ ਦੇ ਕਈ ਬੰਦੇ ਹੋਣਗੇ ਅਤੇ ਹੋ ਸਕਦਾ ਉਸ ਟਾਈਮ ਵੀ ਬਹੁਤ ਤੇਜ਼ ਬੰਦੇ ਹੋਣ ਅਤੇ ਅਸੀਂ ਇੱਕ ਉਹ ਕਰੈਕਟਰ ਚੂਜ਼ ਕੀਤਾ ਜਿਹੜਾ ਸਾਡਾ ਗ੍ਰੇਟ ਹੈ ਉਹ ਪਿਆਰ ਕਰਨ ਤੋਂ ਕਿਸ ਤਰ੍ਹਾਂ ਕਿਸ ਤਰ੍ਹਾਂ ਤੇ ਮੈਂ ਬਚਪਨ 'ਚ ਜਦੋਂ ਮੈਂ ਪਿੰਡ ਰਹਿੰਦਾ ਸੀਗਾ ਉਦੋਂ ਅਸੀਂ ਕੁਲਫੀਆਂ ਜਾਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਈਕਲ ਵਾਲਿਆਂ ਤੋਂ ਲੈਂਦੇ ਸੀਗਾ ਕਣਕ ਦੀ ਬਾਟੀ ਜਾਂ ਕਪਾਹ ਦਾ ਇੱਕ ਮੁੱਠੀ ਜਾਂ ਇਸ ਤਰ੍ਹਾਂ ਚੀਜ਼ਾਂ ਦੇ ਕੇ ਲੈਂਦੇ ਸੀ ਉਹਦੇ ਵਿੱਚ ਅਸੀਂ ਫਿਰ ਸਾਰਿਆਂ ਨੇ ਮਿਲ ਕੇ ਸੋਚਿਆ ਅਮਰਿੰਦਰ ਦਾ ਰਾਈਟਰ ਅੰਬਰ ਨੂੰ ਸੀ ਅਤੇ ਸਾਰਿਆਂ ਨੇ ਡਿਸਕਸ ਕੀਤਾ ਕਿ ਇਸ ਤਰ੍ਹਾਂ ਕੁਛ ਹੋਣਾ ਚਾਹੀਦਾ ਤਾਂ ਲਾਸਟ ਫਿਰ ਅੰਬਰ ਨੇ ਸੁਜੈਸਟ ਕੀਤਾ ਕਿ ਕੱਦੂ ਲੈ ਕੇ ਅਤੇ ਬਹੁਤ ਅੱਛਾ ਹੈ ਚੀਜ਼ ਕੌਨਸੈਪਟ ਲੋਕਾਂ ਨੂੰ ਪਿਆਰਾ ਲੱਗਿਆ ਐਂਟਰਟੇਨਮੈਂਟ ਹੈ ਮੈਸੇਜ ਦੇ ਹਰ ਫਿਲਮ ਮੈਸੇਜ ਵਾਲੀ ਐਂਟਰਟੇਨਮੈਂਟ